वेलकम टू आवर यूट्यूब चैनल जिरा नाम है अमन जस ब्लॉग। ये फाइनली वो दिन आ गया जिधर अभी वापस चल रहे हैं। जान मन तो नहीं कर रहा बट जाना। हाँ जी अज साडे हैगे वापसी ना देर तू दिल्ली। असी दिल्ली चले हैं। हले साडी ट्रिप खत्म नहीं हुई। घर नहीं चले। हले असी चले हैं दिल्ली। कितने घुमाएंगे? बिल्कुल। तो पहला आप चले सासखंड साहब मत्था टेकन चले। लास्ट वाली सो मैं क्या मत्था टेक के फिर आप ट्रेन वाल चल रहे हैं। हाँ जी असी फिर दोबारा तो ऑटो में आ गए हैं। तो असी बाबा जी दर्शन कर ले से मत्था टेक लिया सीगा तो लंगर भी छक लिया है। तो फोन हिलता पाया क्योंकि ऑटो से हाँ ता करके तो हम अं चले। हाँ हम अं चले अपने स्टेशन अपने घर अपने वतन वापस। हाँ सो जितने ही आए वही फीलिंग आ रही है कि रात में जितना ही आए उदा ही चले हैं। तो बट हम समान ज्यादा हो गया कुछ खरीद लिया। हाँ कुछ इतों मिल गया सो समान बहुत ज्यादा हो गया। हाँ जी सत श्रीकाल जी। वेलकम टू ता सचखंड एक्सप्रैस। तो असी अब ट्रेन साड़ी चेंज है। साड़ी पहला नंगर वो जी आमदूरा सी तो हम सचखंड क्योंकि साडा स्टॉप हुण मोहाली नहीं है आप रस्ते च रुकना है। हाँ क्योंकि मेरी घर वाली कहती मैं जाके कभी रोटी नहीं बनानी है मैंने घुमाओ होर कितने खराब है ना रोटी तुम बना लेने नाले ਸੱਚ ਬੋਲਦਾ ਆਪਣੇ ਮੂੰਹ ਮੈਂ ਰੋਟੀ ਇਹੀ ਬਣਾਉਂਦੀ ਆ ਉਹਦਾ ਸਾਰੇ ਵਲੌਗਾਂ ਚ ਲੱਗਦੇ ਨੇ ਨਹੀਂ ਨਹੀਂ ਰੋਟੀ ਤਾਂ ਮੈਂ ਹੀ ਬਣਾਉਣਾ ਹੈ ਤਾਂ ਕੁਝ ਕਰਦੀ ਨਹੀਂ। ਅੱਛਾ ਜੀ ਤੇ ਰੋਟੀ ਹੀ ਬਣਾਉਂਦੀ ਹੈ ਮੇਰੀ ਪਿਆਰੀ ਜੀ ਘਰ ਵਾਲੀ ਪਤਾ ਨਾ ਕਰਦਾ ਕਿ ਕਰੀ ਹੈ ਤੇ ਹੁਣ ਆਪਾਂ ਇੱਥੋਂ ਪਹਿਲਾਂ ਕਿੱਥੇ ਕਿੱਥੇ ਜਾਣਾ ਇਹ ਨਹੀਂ ਮੈਨੂੰ ਪਤਾ ਇਧਰੋਂ ਕਿਉਂਕਿ ਇਧਰੋਂ ਸਟੇਸ਼ਨ ਚੇਂਜ ਆ। ਹੁਣ ਸਾਡਾ ਪੂਰਾ ਦਿਨ ਪੂਰੀ ਰਾਤ ਅਸੀਂ ਟ੍ਰੇਨ 'ਚ ਨਿਕਲੇ ਆ ਇਹੀ ਸੀਟਾਂ ਦੇ ਨਿਕਲੇ ਆ ਪਰ ਇੱਕ ਚੀਜ਼ ਆ ਇਹ ਟ੍ਰੇਨ ਬਹੁਤ ਕਲੀਨ ਆ। ਚਾਹ ਪੀ ਲੋ ਬੜੀ ਆ ਸਵਾਦ ਚਾਹ ਹੈ ਬਸ ਸੋਹਣੀ ਆ चाह पी गए बाकी पीवांगे बट ए हांजी यार ये ट्रेन साफ सुथरी है। ट्रेन है जारी साफ सुथरी है ना ये ज्यादा साफ है क्लीन बहुत है बट इधर थोड़ा जा टाइम ज्यादा इस करके सुपर फास्ट है बट टाइम थोड़ा ज्यादा है ये थोड़ा घूम के जाती है। तो हुण इधर स्टेशन सारे अलग आने इधरों उधरों अलग सीगे इस विच चांसी भी आऊगा चांसी भी आऊगा मेरे घर वाले कहंदे मैं गुगु तैनूं छोड़ देना फिर चांसी पता नहीं कदों खुशी देखो जान की खुशी अलग है मतलब भी बहुत ज्यादा मजा आया
ਬਹੁਤ ਇੰਜੋਏ ਕੀਤਾ ਸੀ, ਬਹੁਤ ਜ਼ਿਆਦਾ ਇੰਜੋਏ, ਬਹੁਤ ਤੇ ਅਨਫੋਰਗੇਟੇਬਲ ਵਾਲੀ ਟ੍ਰਿਪ ਸੀ ਜੀ ਇਹ, ਸਾਡੀ ਲਾਈਫ ਦੀ ਫਰਸਟ ਇੰਨੀ ਲੌਂਗ ਟ੍ਰਿਪ ਸੀ, ਹੁਣ ਸੈਕਿੰਡ ਇੰਟਰਨੈਸ਼ਨਲ ਜਾਏਗੀ। ਹਾਂ ਨਹੀਂ, ਸੈਕਿੰਡ ਪਹਿਲਾਂ ਇੰਡੀਆ ਘੁੰਮਣਾ, ਇੰਟਰਨੈਸ਼ਨਲ ਬਾਅਦ ਚ ਦੇਖਾਂਗੇ, ਪਹਿਲਾਂ ਇੰਡੀਆ। ਹਾਂ ਇੰਡੀਆ ਤਾਂ ਬਹੁਤ ਸੋਹਣੀ ਸੋਹਣੀ ਜਗ੍ਹਾ ਯਾਰ, ਤੁਹਾਨੂੰ ਦਿਖਾਵਾਂਗੇ ਅਸੀਂ, ਹੋਰ ਟ੍ਰਿਪ ਪਲਾਨ ਕਰਨੇ ਨੇ, ਹੋਰ ਟ੍ਰਿਪ ਪਲਾਨ ਕਰਾਂਗੇ, ਸੋਹਣੀ ਸੋਹਣੀ ਜਗ੍ਹਾ ਘੁੰਮਾਂਗੇ ਤੇ ਇੰਜੋਏ ਕਰਾਂਗੇ ਤੇ ਤੁਹਾਨੂੰ ਵੀ ਨਾਲ ਨਾਲ ਕਰਾਵਾਂਗੇ। ਥੋੜੀ ਤਬੀਅਤ ਖਰਾਬ ਹੋ ਗਈ ਤੇ ਯੂ نو ਡਸਟ ਅਲਰਜੀ, ਸੋਣ ਵਾਲੇ ਬੱਚੇ, ਓ ਮਾਈ ਗੋਡ, ਸਾਡੇ ਉੱਤੇ ਮੈਂ ਸੋਣ ਨਹੀਂ ਗਾ, ਮੈਂ ਸੋਲ ਨਹੀਂ ਗਾ, ਮੈਂ ਠੀਕ ਹੈ। ਮੈਨੂੰ ਦੋ ਦਿਨਾਂ ਤੋਂ ਡਸਟ ਅਲਰਜੀ ਹੋਈ ਆ, ਖਾਂਸੀ, ਜ਼ੁਕਾਮ, ਸੋਲ ਹੈ ਵੀ ਆ, ਜ਼ੁਕਾਮ ਹੁਣ ਵੀ ਹੋਇਆ ਆ, ਉਹ ਗੱਲ ਵੱਖਰੀ ਵੀ, ਮੇਰੀ ਆਵਾਜ਼ ਚੇਂਜ ਹੋ ਗਈ, ਤੁਹਾਡੀ ਆਵਾਜ਼ ਨਹੀਂ ਚੇਂਜ ਹੋਈ। ਮੈਂ ਸ਼ੋ ਨਹੀਂ ਕਰਦਾ, ਮੈਂ ਬੜੀ ਸ਼ੋ ਕਰਦੀ ਆ, ਹੈਗੀ ਆ ਤਾਂ ਹੁਣ ਹੈਗੀ ਆ, ਇੱਥੇ ਕਰਨ ਵਾਲੀ ਕਿਹੜੀ ਗੱਲ ਆ, ਆਪਾਂ ਬਾਅਦ ਚ ਲੜ ਲਾਂਗੇ, ਇੱਕ ਦਿਨ ਬਾਅਦ ਟਾਨੇ ਮਾਰ ਲਾਂਗੇ ਤੇ ਇਹਨਾਂ ਤੋਂ ਬਿਨਾਂ ਦਾ ਫਿਰ ਮਜ਼ਾ ਨਹੀਂ ਨਾ ਆਉਂਦਾ। ਨਹੀਂ ਆਪਾਂ ਵੇਖੋ, ਬਸ ਬੈਂਡ ਵਾਈਫ ਤਾਂ ਹੈ ਨਹੀਂ, ਆਪਾਂ ਗਰਲਫ੍ਰੈਂਡ ਬੋਏਫ੍ਰੈਂਡ ਆ, ਘੁੰਮਣ ਆਏ ਹਜੂਰ ਸਾਹਿਬ ਨੂੰ, ਤੇ ਤੈਨੂੰ ਤਿੱਲੀ ਲੈ ਕੇ ਚੱਲਾਂ, ਠੀਕ ਹੈ, ਤੈਨੂੰ ਮੈਂ ਦਿਖਾ ਕੇ ਲੈਂਦਾ ਇੰਡੀਆ ਗੇਟ। ਇਸ ਵਾਰੀ ਨਾ, ਇਸ ਵਾਰੀ ਅਲੱਗ ਹੋਊਗਾ, ਦਿੱਲੀ ਘੁੰਮਣਾ ਹੋਵੇ, ਕਿਉਂਕਿ ਅੱਗੇ ਆਪਾਂ ਹਮੇਸ਼ਾ ਗੱਡੀ ਤੇ ਹੁੰਦੇ ਆ, ਆਟੋਜ਼ ਦੇ ਵਿੱਚ, ਮੈਟਰੋ ਦੇ ਵਿੱਚ, ਟੈਕਸੀਜ਼ ਦੇ ਵਿੱਚ, ਇਸ ਵਾਰੀ ਦਿੱਲੀ ਵੀ ਲੋਕਲ ਵਾਲੀ ਆ, ਟਿਪਿਕਲ ਵਾਲੀ ਲੋਕਲ ਲਾਈਫ ਦੇ। ਹੁਣ ਪਤਾ ਨਹੀਂ ਮੈਨੂੰ ਕਿੰਨੇ ਇਹਨਾਂ ਨੇ ਉੱਥੇ ਦੱਬ ਕੇ ਰੱਖਤੀ ਹੈ ਦਿੱਲੀ, ਸੋ ਮੈਂ ਤੁਹਾਨੂੰ ਅੱਗੇ ਅੱਗੇ ਦੱਸੀ ਪਹਿਲਾਂ ਪਿਆਰ, ਇੱਥੋਂ ਮੈਨੂੰ ਪਤਾ ਹੈ ਦੋ ਦਿਨ ਲੱਗ ਜਾਣੇ ਯਾਰ ਇਹ ਟ੍ਰੇਨ 'ਚ ਸਾਨੂੰ, ਪਰ ਇਹਦਾ ਸਫ਼ਰ ਵਧੀਆ ਲੱਗਦਾ ਪਿਆ ਮੈਨੂੰ, ਛੇਤੀ ਪਹੁੰਚਾ ਦੇ ਦਿੱਲੀ, ਫਿਰ ਇੱਦਾਂ ਫੀਲਿੰਗ ਆਉਣੀ ਆ ਵੀ ਆਪਾਂ ਪਹੁੰਚ ਲਏ। ਹਾਂ ਸੋ ਹੁਣ ਤਾਂ ਨੰਗੀ ਗੱਲਾਂ ਕਰਦੇ ਹਾਂ, ਪਹਿਲਾਂ ਟ੍ਰੇਨ ਤੁਰ ਪਏ, ਹਜੇ ਰੁਕੀ ਹੋਈ ਹੈ। ਸ਼ਕਲਾਂ ਵਿਗੜ ਚੁੱਕੀਆਂ ਅਤੇ ਦੂਜਾ ਦੇਣ ਅਤੇ ਅਸੀਂ ਵਲੌਗ ਵੀ ਕੰਟੀਨਿਊ ਤਾਂ ਨਹੀਂ ਕੀਤਾ ਸੀਗਾ, ਕਿਉਂਕਿ ਆਪਣਾ ਉਹੀ ਰੂਟੀਨ ਸੀਗਾ, ਉਹੀ ਖਾਣਾ ਪੀਣਾ, ਉਹੀ ਸਭ ਕੁਛ ਸੀਗਾ, ਅਤੇ ਤਾਂ ਕਰਕੇ ਅਸੀਂ ਅੱਗੇ ਕੰਟੀਨਿਊ ਕੀਤਾ, ਬਟ ਹੁਣ ਅਸੀਂ ਕਰ ਰਹੇ ਕਿਉਂਕਿ ਹੁਣ ਅਸੀਂ ਉੱਤਰ ਰਹੇ ਹਾਂ, ਅਸੀਂ ਉੱਤਰ ਲੱਗੇ ਹਾਂ ਫਰੀਦਾਬਾਦ। ਹਾਂਜੀ, ਸੋ ਅਸੀਂ ਫਰੀਦਾਬਾਦ ਉੱਤਰ ਲੱਗੇ ਹਾਂ, ਸੋ ਆਪਾਂ ਉੱਤਰ ਕੇ ਫਿਰ ਤਾਂ ਮੈਂ ਗੱਲ ਕਰਦੇ ਕਿਉਂਕਿ ਉਸ ਸਟੇਸ਼ਨ ਦੇ ਆਉਣਾ ਵਾਲਾ ਹੈ, ਫਿਰ ਉੱਤਰ ਜਾਈਏ ਕਿਉਂਕਿ ਗੱਡੀ ਰੁਕਣੀ ਥੋੜ੍ਹੀ ਹੈ, ਦੋ ਮਿੰਟ ਫਿਰ ਗੱਲਾਂ ਕਰਦੇ ਹਾਂ। ਹਾਂਜੀ, ਪਹੁੰਚ ਗਏ ਆਪਣੇ ਵਤਨ, ਸਾਡੀ ਸ਼ਕਲਾਂ ਵਿਗੜੀਆਂ ਪਈਆਂ ਦੋਨਾਂ ਦੀਆਂ, ਉਸ ਕੱਲ੍ਹ ਦੇ ਬੈਠੇ ਟ੍ਰੇਨ 'ਚ, ਬਟ ਆਪਣੇ ਵਤਨ ਪਹੁੰਚ ਕੇ, ਮਤਲਬ ਦਿੱਲੀ ਹੈ, ਮਤਲਬ ਫਰੀਦਾਬਾਦ ਹੈ, ਪਰ ਹੁਣ ਪਤਾ ਇੱਥੇ ਆਪਣੇ ਘਰ ਦੇ ਹੈ, ਵੈਸੇ ਵੀ ਇੱਥੇ ਆਉਂਦੇ ਜਾਂਦੇ ਰਹਿੰਦੇ ਹਾਂ, ਮੈਂ ਹਫ਼ਤਾ ਮਹੀਨੇ ਸਾਡੇ ਚੱਕਰ ਲੱਗ ਹੀ ਜਾਂਦਾ, ਬਟ ਸ਼ਾਂਤੀ, ਆਪਣੀ ਹਵਾ ਮਿਲਦੀ ਪਈ ਇੱਥੇ, ਮਤਲਬ ਬਹੁਤ ਵਧੀਆ ਟ੍ਰਿਪ ਨਿਕਲਿਆ। ਲਾਸਟ ਦਾ ਜਦੋਂ ਦਿਨ ਆ ਗਿਆ ਨਾ, ਉਦੋਂ ਇੱਦਾਂ ਹੁੰਦਾ ਸੀ ਵੀ ਚਲੋ ਹੁਣ, ਜਦੋਂ ਵੀ ਆਪਾਂ ਆਪਣੀ ਸਟੇਟ ਛੱਡ ਕੇ ਕਿਤੇ ਦੂਰ ਜਾਂਦੇ ਹਾਂ ਨਾ, ਫਿਰ ਇੱਦਾਂ ਹੁੰਦਾ ਦੋ ਚਾਰ ਦਿਨ, ਪੰਜ ਦਿਨ ਸੌਖਾ ਲੱਗਦਾ, ਅਤੇ ਸੱਤਵੇਂ ਅੱਠਵੇਂ ਦਿਨ ਇੱਦਾਂ ਹੁੰਦਾ ਵੀ ਭੱਜ ਲਓ ਹੁਣ ਆਪਣੇ ਘਰ ਵਾਪਸ। ਸਹੀ ਗੱਲ ਆ, ਸੋ ਇਹ ਰੋਡ ਦੇਖ ਕੇ ਬਾਹਰ ਅੰਗ ਸਕੂਨ ਮਿਲਦਾ ਪਿਆ, ਸਾਡਾ ਮਹੀਨੇ ਚੱਕਰ ਹੀ ਇੱਧਰ ਚੱਕਰ ਲੱਗਦਾ ਹੀ ਲੱਗਦਾ, ਇਹ ਸਾਡੀ ਰੋਡ ਕਨੈਕਸ਼ਨ ਹੈ ਸਾਡੇ ਚੰਡੀਗੜ੍ਹ ਦਾ, ਇਹ ਮਤਲਬ ਘਰ ਵਰਗੀ ਫੀਲ ਆਉਂਦੀ, ਘਰ ਵਾਲੀ ਫੀਲ ਆਉਂਦੀ ਆ, ਨੋਰਮਲ ਆ ਗਿਆ, ਅਤੇ ਬਸ ਹੁਣ ਘੁੰਮਾਂਗੇ ਇੱਥੇ ਦੋ ਦਿਨ, ਫਿਰ ਮੋਹਾਲੀ ਨੂੰ ਫੇਰਾ ਮਾਰਾਂਗੇ, ਮੋਹਾਲੀ ਦਾ ਵਲੌਗ ਵੀ ਆਊਗਾ, ਮੋਹਾਲੀ ਦਾ ਵਲੌਗ ਵੀ ਆਏਗਾ, ਉਹ ਵੀ ਆਪਾਂ ਟ੍ਰੇਨ 'ਚ ਕੀ ਜਾਣਾ, ਟ੍ਰੇਨ ਸਫ਼ਰ ਕਰੀਏ ਆਪਾਂ, ਚੇਂਜ ਵੀ ਹੋ ਸਕਦਾ, ਟ੍ਰੇਨ ਹੀ ਬੈਟਰ, ਟ੍ਰੇਨ ਬੈਟਰ ਰਹੇਗੀ, ਅਤੇ ਦਿੱਲੀ ਦੀ ਟ੍ਰੈਫਿਕ ਨਜ਼ਰ ਆ ਗਈ ਹੈ, ਫਰੀਦਾਬਾਦ ਦੀ ਟ੍ਰੈਫਿਕ ਵੀ ਹੋਈ ਹੈ, ਅਤੇ ਇੱਕ ਗੱਲ ਹੋਰ, ਅਸੀਂ ਵਲੌਗ ਤੁਹਾਨੂੰ ਦੱਸਿਆ ਨਹੀਂ ਬਣਾਇਆ ਉੱਥੇ, ਬਾਕੀ ਤੁਹਾਨੂੰ ਸਾਰੀ ਡਿਟੇਲਾਂ ਸ਼ੇਅਰ ਕਰਾਂਗੇ ਜੋ ਵੀ ਹੈ, ਅਤੇ ਵਾਪਸੀ ਜਾ ਕੇ ਹੁਣ ਜਾ ਕੇ ਘਰ ਪਹਿਲਾਂ ਨਵਾਂ ਦੋਗੇ, ਫਿਰ ਤੁਹਾਨੂੰ ਸਾਰੀ ਗੱਲਾਂ ਪਤਾ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਯੂਟਿਊਬ ਚੈਨਲ, ਮੇਰਾ ਨਾਮ ਹੈ ਅਮਨ ਜਸ ਵਲੌਗ, ਅਤੇ ਅਸੀਂ ਆ ਗਏ ਨਵੇਂ ਵਲੌਗ ਦੇ ਨਾਲ, ਦਿੱਲੀ ਆ ਕੇ ਵਲੌਗ ਨਹੀਂ ਪਾਉਣਾ ਪਾਏ ਕਿਉਂਕਿ ਕੰਮ ਕਾਰ ਸੀਗੇ ਬਹੁਤ ਜ਼ਿਆਦਾ, ਅਤੇ ਵੈਸੇ ਵੀ ਥੋੜ੍ਹਾ ਬਹੁਤ ਬਿਜ਼ੀ ਸੀਗੇ, ਘੁੰਮ ਫਿਰ ਲਿਆ ਥੋੜ੍ਹਾ ਬਹੁਤ ਘੁੰਮੇ, ਅਤੇ ਚਲੋ ਵਧੀਆ ਰਿਹਾ ਉਮਰੋਂ, ਅਤੇ ਹੁਣ ਅਸੀਂ ਫਾਈਨਲੀ ਆਪਣੇ ਵਤਨ ਨੂੰ ਵਾਪਸ ਚੱਲੇ ਹਾਂ, ਘਰ ਨੂੰ ਜਾ ਰਹੇ ਹਾਂ, ਅਸੀਂ ਵੋਲਵੋ 'ਤੇ ਬੈਠ ਗਏ ਹਾਂ, ਅਤੇ ਰਾਤ ਦਾ ਟਾਈਮ ਹੋਇਆ ਆ, 7 ਵੱਜ ਗਿਆ, 7:30 ਹੋ ਗਿਆ,
ਤੇ ਬਸ 1-2 ਤੱਕ ਪਹੁੰਚ ਜਾਗੇ ਹੁਣ ਕੋਈ ਚੱਕਰ ਨਹੀਂ ਚੰਡੀਗੜ੍ਹ ਤਾਂ ਨਹੀਂ ਕੋਈ ਚੱਕਰ ਹੈਗਾ बाकी दिल्ली ट्रैफिक तो पता ही है देखो 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 बहुत ज्यादा ट्रैफिक है दिल्ली मैं बोलो तो फर्स्ट टाइम बैठा मेरे ख्याल से मैं पहला बैठा कि बहुत टाइम पहला फर्स्ट एक्सपीरियंस है ये कुड़ी ने मैंने बहुत एक्सपीरियंस कराने लगता पता लग गया बस हिम्मत करके बह गए बाकी इन्ने टाइम बाद घर चले ना मन तसल्ली हो गया कि काले पीले बन के चले बैठ के जाना है बाकी तुम दिल्ली देख रहे ट्रैफिक दिखाने हैं सामने ट्रैफिक बहुत ज्यादा हो गई है यस जी 10 बज चुके हैं तो पहला स्टॉप हाँ जी पहला मतलब एक ही स्टॉप है पहला स्टॉप ही है तो एक ही है स्टॉप एक ही स्टॉप पर रुके हैं करनाल एक मतलब करनाल तो रोटी खाने लगे हैं ये थाली मंगाई है भूख लगी है तो बस मज़ा आ रहा सफ़र करके मज़ा आया पहली बार करके कि हाँ वधिया लग रहा खुशी भी एक लग गया ना कि घर जा रहे वापस मतलब 14-15 दिन हो गए उस तो बाद इन्ना वा ट्रिप नहीं करी गया हाँ इतना लॉन्ग टाइम बाहर रहिए घर तो पूरे 13 दिन बाद घर जाना मतलब 14वें दिन दो हफ्ते बाद मैं सोना आ रहा 14वें दिन घर जाना बाकी नदी वेने हैं रोटी किदा दी है फर्स्ट टाइम ट्राई कर रहे हैं तो बाकी देखते हैं जी थाली करवाई है बेचारी मिक्स वेज है एक प्लेट की सब्जी है एक दाल है राइस है तो दो चपाती है नहीं दो चपाती है सैलड हाँ तो देखो ना बस खा के बस यही है घर पुजिए जी जी टाइम मिले वे थाने बाहर दा भी बाहर दा व्यू भी दिखावांगे क्योंकि मैं रहा हूं कि मैं हूं मेरी हिम्मत नहीं कि ब्याह देखने की नहीं मैं कुछ मतलब फ्लिप ऑफ टंग हो गया नहीं टाइम ना क्योंकि 20 मिनट है ना बस का स्टॉप है बस 20 मिनट लेके जाऊंगी अपन छड़ के अगले छड़ के फिर सब तो वधिया गल पता की है मैं लगता अपनी बस च 15 के जाने ही है ना 10-15 हां 15 ही जाने भरी नहीं होएगी बाकी तने बस दिखाने बड़ी सोनी बस है लो जी साडी रोटी आ गई ते वधिया है लुक बड़ी घंट आ रही है ना ताडी भी सोनी आ रही है भूख लगी है बहुत ज्यादा हां चलो खाइए खुशबू तो सोनी आ रही है ना पै जाओ टूट टूट के पै जाओ खा के दे दे कि चलो खा लो
ਇਹ ਆਪਣੀ ਬੱਸ ਯੈਸ ਇਹ ਹੈਗੀ ਕਰਨਾ ਲੇਕ ਦੇਖ ਨਹੀਂ ਰਹੀ ਇਸ ਟਾਈਮ ਬਹੁਤ ਸੋਹਣੀ ਲੇਕ ਬਣੀ ਹੋਈ ਆ ਪਰ ਹਨੇਰੇ ਕਰਕੇ ਦੇਖਦੀ ਨਹੀਂ ਪਈ ਹੈ ਅੱਛਾ ਲਓ ਜੀ ਹਾਂ ਮੈਂ ਪਹਿਲੀ ਵੀ ਆਇਆ ਮੈਂ ਤੋਂ ਪਹਿਲਾਂ ਦਿੱਲੀ ਤੋਂ ਟਰੈਵਲ ਕਰਦੀ ਸੀ ਕਿ ਨਾ ਹਾਂ ਦਿੱਲੀ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਦਿੱਲੀ ਫਿਰ ਮੈਂ ਇੱਦੀ ਵੋਲਵੋ ਤੇ ਜਾਂਦੀ ਹੁੰਦੀ ਸੀ ਹਾਂ ਹਮੇਸ਼ਾ ਇੱਥੇ ਰੁਕਦੇ ਸੀਗੇ ਮੋਸਟਲੀ ਮੈਂ ਦਿਨ ਚ ਹੁੰਦੀ ਸੀ ਤਾਂ ਦਿਨੇ ਪ੍ਰੋਪਰ ਦੇਖਦੀ ਹਾਂ ਅੱਜ ਮੈਨੂੰ ਰੁਕਿਆ ਕਿਦਾਂ ਲੱਗ ਰਿਹਾ ਬਹੁਤ ਵਧੀਆ ਲੱਗਦਾ ਫਸਟ ਟਾਈਮ ਅੱਛਾ ਹਾਂ ਬਸ ਬੜੀ ਕੈਂਡ ਹੈ ਇੰਡੀਆ ਦਾ ਬਣਾਇਆ ਸਾਰਾ ਹੈ ਆਹੋ ਇਹ ਨਵੀਆਂ ਚੱਲ ਪਿਆ ਪਹਿਲਾਂ ਕਿਥੇ ਨਹੀਂ ਪਹਿਲਾਂ ਕਿੱਥੇ ਆਉਂਦਾ ਨਾ ਮਤਲਬ ਇੰਡੀਆ ਇਧਰ ਹੀ ਬਸ ਸੀ ਪਰ ਐਦਾਂ ਦੇ ਪੈਟਰਨਸ ਨਹੀਂ ਸੀ ਉਹਨੇ ਅੱਛਾ ਰੈੱਡ ਕਲਰ ਦੀਆਂ ਮੈਂ ਮੇਰੇ ਲਈ ਸਪੈਸ਼ਲ ਮੰਗਵਾਈ ਤੂੰ ਹਾਂ ਥੈਂਕ ਯੂ ਲਵ ਯੂ ਬਸ ਸਟਾਰਟ ਆ ਚਲੋ ਚਲੋ लो जी ये अपनी बस स्टैंड चली है स्टार्ट हो गई है चंडीगढ़ यस हां जी कितना फाइनली अपन कट कट अपना शहर दिखन लगा अपनी हवा मिलन लगी अपने लोग दिखन लगे बहुत ही सुकून मिले आके अपनी वतन अपने वतन वापस आए खुशबू अपने वतन दी और ब्यूटी ब्यूटी सब तो कैंड ब्यूटी चंडीगढ़ से सब तो बढ़िया ये हो रहा है जिद्दा इतने फरवरी च ना रोज फेस्टिवल लगता है ना इस करके जिन्ने भी राउंड अबाउट है ना सारे ना फुल खिले हुए हैं आप उदो नहीं देख पाए थे आप हुण देख रहे हैं ते बहुत बढ़िया लग रहा 12:30 12:30 बजे रात दे ते हुण करे जावांगे कैब साडी बुक हो चुकी है आप बस वेट कर लेते हैं 5 मिनट चाहिए महाराष्ट्र जिथो ही आए ना इतनी गर्मी फील नहीं ਹੋਰ ਸਾਡੀ ਕੈਬ ਨਿਕਲ ਜਾਏ ਅਤੇ ਤੁਹਾਨੂੰ ਬਾਕੀ ਜਾ ਕੇ ਆਪਾਂ ਘਰ ਗੱਲ ਕਰਦੇ